ਅੱਜ ਅਮ੍ਰਿਤਾ ਰਿੰਗਜੀ ਨੇ ਜਿਹੜਾ ਬਿਆਨ ਦਿੱਤਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਨੂੰ ਮੇਰੇ ਹਿਸਾਬ ਨਾਲ ਪਹਿਲਾਂ ਉਹਨਾਂ ਨੂੰ ਐਸਜੀਪੀਸੀ ਤੋਂ ਇਹ ਚੀਜ਼ ਨੂੰ ਕਨਫਰਮ ਕਰ ਲੈਣਾ ਚਾਹੀਦਾ ਸੀ ਕਿ ਵਾਕਈ ਹੀ ਔਰਤਾਂ ਨੂੰ ਮਨਾਈ ਕਿ ਦਿੱਤੀ ਗਈ ਹੈ ਕੋਈ ਰੋਕ ਲਗਾਈ ਗਈ ਹੈ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਸਵਾਲ ਕੀਤਾ ਹੈ ਕਿ ਔਰਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹਜ਼ੂਰੀ ਰਾਗੀ ਵੱਜੋਂ ਕੀਰਤਨ ਕਰਨ ਦਿੱਤਾ ਜਾਵੇ ਇਸ ਸਮੇਂ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਉਹਨਾਂ ਨੇ ਉਹਨਾਂ ਨੇ ਸਮਾਜ ਦੇ ਵਿੱਚੋਂ ਔਰਤ ਅਤੇ ਮਰਦ ਦਾ ਜਿਹੜਾ ਫਰਕ ਸੀ ਉਸ ਨੂੰ ਖਤਮ ਕੀਤਾ ਗੁਰੂ ਜੀ ਨਾਨਕ ਪਾਤਸ਼ਾਹ ਨੇ ਫਰਮਾਇਆ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਣ ਜਦ ਸਾਡੇ ਪਾਤਸ਼ਾਹ ਨੇ ਹੀ ਫਰਕ ਮੁਕਾ ਦਿੱਤਾ ਤਾਂ ਇਸ ਦੇ ਵਿੱਚ ਕੀਰਤਨ ਕਰਨ ਦੇ ਹੁਣ ਤੱਕ ਕਿਸੇ ਵੀ ਔਰਤਾਂ ਦੇ ਜਥੇ ਨੇ ਦਰਬਾਰ ਸਾਹਿਬ ਜਾ ਕੇ ਕੀਰਤਨ ਕਰਨ ਦੇ ਲਈ ਆਪਣਾ ਨਾਮ ਜਿਹੜਾ ਉਹ ਨਹੀਂ ਦਰਜ ਕਰਵਾਇਆ ਕਿ ਸਨ 1994 ਤੋਂ ਲੈ ਕੇ 1997 ਤੱਕ ਜਦੋਂ ਕਿ ਪ੍ਰੋਫੈਸਰ ਮਨਜੀਤ ਸਿੰਘ ਜੀ ਅਕਾਲ ਤਖਤ ਸੈਦੇ ਜਥੇਦਾਰ ਸਨ ਉਸ ਸਮੇਂ ਦੌਰਾਨ ਔਰਤਾਂ ਦੇ ਜਥੇ ਉੱਥੇ ਕੀਰਤਨ ਦੀ ਹਾਜ਼ਰੀ ਭਰਿਆ ਕਰਦੇ ਸਨ ਇਸ ਤੋਂ ਇਲਾਵਾ ਕੀਰਤਨ ਹੀ ਨਹੀਂ ਇਕੱਲਾ ਕੀਰਤਨ ਹੀ ਨਹੀਂ ਕਰਦੀਆਂ ਸਨ ਬੀਬੀਆਂ ਉੱਥੇ ਉਹ ਨਾਲ ਇਸ਼ਨਾਨ ਦੀ ਸੇਵਾ ਵੀ ਕਰਵਾਉਂਦੀਆਂ ਸਨ ਅਤੇ ਪਾਲਕੀ ਸਹਿਬ ਨੂੰ ਮੋਢਾ ਵੀ ਦਿੰਦੀਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੇ ਇੱਕ ਬਿਆਨ ਦਿੱਤਾ ਹੈ ਇੱਕ ਪੋਸਟ ਸ਼ੇਅਰ ਕੀਤੀ ਆ ਉਹਨਾਂ ਨੇ ਕੀ ਲਿਖਿਆ ਉਹ ਉਸ ਪੋਸਟ ਬਾਰੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੇ ਲਿਖਿਆ ਕਿ ਔਰਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਹਜੂਰੀ ਰਾਗੀ ਵਜੋ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਅੱਜ ਜਦੋਂ ਔਰਤਾਂ ਨੇ ਸਾਰੇ ਖੇਤਰਾਂ ਵਿੱਚ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਤਾਂ ਉੱਧਰ ਸ਼੍ਰੀ ਦਰਬਾਰ ਸਾਹਿਬ ਵਿਖੇ ਕੋਈ ਵੀ ਔਰਤ ਹਜ਼ੂਰੀ ਰਾਗੀ ਨਹੀਂ ਹੈ ਐਸਜੀਪੀਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਔਰਤਾਂ ਨੂੰ ਹਜ਼ੂਰੀ ਰਾਗੀ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਇਸ ਨਾਲ ਬਰਾਬਰਤਾ ਦੇ ਸਾਡੇ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਿਆ ਜਾਵੇਗਾ ਇਹ ਅੱਜ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਉਹਨਾਂ ਨੇ ਜੋ ਇਹ ਬਿਆਨ ਦਿੱਤਾ ਹੈ ਅੱਜ ਮੈਂ ਇਸ ਬਾਰੇ ਸਾਰੀ ਰਿਸਰਚ ਕੀਤੀ ਹੈ ਉਸ ਰਿਸਰਚ ਵਿੱਚ ਕੀ ਕੁਝ ਤੱਥ ਸਾਹਮਣੇ ਆਏ ਆ ਆਪਾਂ ਉਸ ਬਾਰੇ ਸਾਰੀ ਵਿਸਥਾਰ ਸਹਿਤ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਨੇ ਸਵਾਲ ਕੀਤਾ ਕਿ ਔਰਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਜ਼ੂਰੀ ਰਾਗੀ ਵੱਜੋਂ ਕੀਰਤਨ ਕਰਨ ਦਿੱਤਾ ਜਾਵੇ ਸਭ ਤੋਂ ਪਹਿਲੀ ਗੱਲ ਇਹ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਔਰਤਾਂ ਨੂੰ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਔਰਤਾਂ ਸ੍ਰੀ ਦਰਬਾਰ ਸਾਹਿਬ ਹਮਰ ਸਰ ਸਾਹਿਬ ਵਿਖੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਨਹੀਂ ਕਰ ਸਕਦੀਆਂ ਦਰਬਾਰ ਸਾਹਿਬ ਅਕਸਰ ਹੀ ਆਪਾਂ ਦੇਖਦੇ ਵੀ ਹਾਂ ਕਿ ਰਾਗੀ ਸਿੰਘ ਹੀ ਉੱਥੇ ਜਥੇ ਜ਼ਿਆਦਾ ਕੀਰਤਨ ਕਰਦੇ ਆ ਔਰਤਾਂ ਦਾ ਕੋਈ ਵੀ ਜਥਾ ਕੀਰਤਨ ਨਹੀਂ ਕਰਦਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਸਿੱਖ ਰਇਤ ਮਰਿਆਦਾ ਵੱਲੋਂ ਮਨਾਹੀ ਹੈ ਜਾਂ ਉਹਨਾਂ ਨੂੰ ਕਿਸੇ ਵੱਲੋਂ ਰੋਕ ਲਗਾਈ ਗਈ ਹੈ ਜਿਸ ਸਮੇ ਲਿਖਿਆ ਜਾਂਦਾ ਹੈ ਵੀ ਜਿਸ ਸਮੇ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਉਹਨਾਂ ਨੇ ਉਹਨਾਂ ਨੇ ਸਮਾਜ ਦੇ ਵਿੱਚੋਂ ਔਰਤ ਅਤੇ ਮਰਦ ਦਾ ਜਿਹੜਾ ਫਰਕ ਸੀ ਉਸ ਨੂੰ ਖਤਮ ਕੀਤਾ ਗੁਰੂ ਜੀ ਨਾਨਕ ਪਾਤਸ਼ਾਹ ਨੇ ਫਰਮਾਇਆ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਣ ਜਦ ਸਾਡੇ ਪਾਤਸ਼ਾਹ ਨੇ ਹੀ ਫਰਕ ਮੁਕਾ ਦਿੱਤਾ ਤਾਂ ਇਸ ਦੇ ਵਿੱਚ ਕੀਰਤਨ ਕਰਨ ਦੇ ਲਈ ਕੋਈ ਫਰਕ ਵਾਲੀ ਗੱਲ ਰਹਿ ਹੀ ਨਹੀਂ ਜਾਂਦੀ ਇਸ ਦੇ ਮਗਰ ਕੋਈ ਪਿੱਛੇ ਗੱਲ ਰਹਿ ਹੀ ਨਹੀਂ ਜਾਂਦੀ ਹੁਣ ਕੀ ਕਾਰਨ ਨੇ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾ ਕਾਰਨ ਇਹ ਮੰਨਿਆ ਜਾਂਦਾ ਕਿ ਔਰਤਾਂ ਦੇ ਜਥੇ ਕੀ ਔਰਤਾਂ ਦੇ ਜਥੇ ਇੰਨੇ ਪਰਪੱਕ ਹਨ ਜਿਹੜੇ ਹਰਮੰਦਰ ਸਾਹਿਬ ਵਿੱਚ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰ ਸਕਣ ਹੁਣ ਤੱਕ ਕਿਸੇ ਵੀ ਔਰਤਾਂ ਦੇ ਜਥੇ ਨੇ ਦਰਬਾਰ ਸਾਹਿਬ ਜਾ ਕੇ ਕੀਰਤਨ ਕਰਨ ਦੇ ਲਈ ਆਪਣਾ ਨਾਮ ਜਿਹੜਾ ਉਹ ਨਹੀਂ ਦਰਜ ਕਰਵਾਇਆ ਕੀ ਔਰਤਾਂ ਨੇ ਕਿਸ ਇਥੇ ਕਦੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਕੀਰਤਨ ਕੀਤਾ ਜੀ ਹਾਂ ਇਸ ਬਾਰੇ ਵੀ ਸਾਰਾ ਤੁਹਾਨੂੰ ਤੱਥ ਨਾਲ ਦੱਸਾਂਗੇ ਉਹ ਇਹ ਕਿ ਇੱਕ ਬੀਬੀਸੀ ਦੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਕਿ ਸਨ 1994 ਤੋਂ ਲੈ ਕੇ 1997 ਤੱਕ ਜਦੋਂ ਕਿ ਪ੍ਰੋਫੈਸਰ ਮਨਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਸ ਸਮੇਂ ਦੌਰਾਨ ਔਰਤਾਂ ਦੇ ਜਥੇ ਉੱਥੇ ਕੀਰਤਨ ਦੀ ਹਾਜ਼ਰੀ ਭਰਿਆ ਕਰਦੇ ਸਨ ਇਸ ਤੋਂ ਇਲਾਵਾ ਕੀਰਤਨ ਹੀ ਨਹੀਂ ਇਕੱਲਾ ਕੀਰਤਨ ਹੀ ਨਹੀਂ ਕਰਦੀਆਂ ਸਨ ਬੀਬੀਆਂ ਉੱਥੇ ਉਹ ਨਾਲ ਇਸ਼ਨਾਨ ਦੀ ਸੇਵਾ ਵੀ ਕਰਵਾਉਂਦੀਆਂ ਸਨ ਅਤੇ ਪਾਲਕੀ ਸਹਿਬ ਨੂੰ ਮੋਢਾ ਵੀ ਦਿੰਦੀਆਂ ਸਨ ਇਸ ਗੱਲ ਤੋਂ ਇਸ ਤੱਤ ਤੋਂ ਇਹ ਚੀਜ਼ ਸਾਬਤ ਹੁੰਦੀ ਹੈ ਕਿ ਅਕਾਲ ਤਖਤ ਸਹਿਬ ਵੱਲੋਂ ਜਾਂ ਹੋਰ ਕਿਸੇ ਸੰਸਥਾ ਵੱਲੋਂ ਹਰ ਮੰਦਰ ਸਾਹਿਬ ਦੇ ਵਿੱਚ ਬੀਬੀਆਂ ਦੇ ਜਥੇ ਨੂੰ ਕੀਰਤਨ ਕਰਨ ਤੋਂ ਮਨਾਹੀ ਨਹੀਂ ਦਿੱਤੀ ਗਈ ਇੱਥੇ ਇੱਕ ਹੋਰ ਗੱਲ ਸਾਹਮਣੇ ਨਿਕਲ ਕੇ ਆਈ ਉਹ ਇਹ ਕਿ ਬੀਬੀ ਜਗੀਰ ਕੌਰ ਜੀ ਜੋ ਐਸਜੀਪੀਸੀ ਦੇ ਮੈਂਬਰ ਨੇ ਉਹਨਾਂ ਨੇ ਵੀ ਇੱਕ ਇਸ਼ਤਿਹਾਰ ਅਖਬਾਰ ਦੇ ਵਿੱਚ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਸੀ ਬੀਬੀਆਂ ਨੂੰ ਕਿ ਕੋਈ ਵੀ ਬੀਬੀਆਂ ਦਾ ਜਥਾ ਆ ਕੇ ਆਪਣਾ ਸਾਨੂੰ ਨਾਮ ਦਰਜ ਕਰਵਾਵੇ ਉਹ ਇੱਥੇ ਕੀਰਤਨ ਕਰ ਸਕਦਾ ਪਰ ਅਫਸੋਸ ਦੀ ਗੱਲ ਇਹ ਕਿ ਕਿਸੇ ਵੀ ਜਥੇ ਕੋਈ ਵੀ ਜਥਾ ਸਾਹਮਣੇ ਬੀਬੀਆਂ ਦਾ ਉੱਠ ਕੇ ਨਹੀਂ ਆਇਆ ਫਿਰ ਇਹ ਸਵਾਲ ਕਿਉਂ ਕੀਤਾ ਜਾਂਦਾ ਹੈ ਕਿ ਬੀਬੀਆਂ ਨੂੰ ਕੀਰਤਨ ਕਰਨ ਤੋਂ ਮਨਾਹੀ ਹੈ ਰਿਸਰਚ ਦੌਰਾਨ ਇੱਕ ਹੋਰ ਤੱਤ ਸਾਹਮਣੇ ਆਇਆ ਕਿ ਗੁਰੂ ਸਾਹਿਬ ਨੇ ਦੇ ਸਮੇਂ ਵਿੱਚ ਕੋਈ ਵੀ ਰਾਗੀ ਸਿੰਘਾਂ ਅਤੇ ਔਰਤਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਸੀ ਤੇ ਅੱਜ ਵੀ ਬੀਬੀਆਂ ਦਾ ਜਥਾ ਮर्याਦਾ ਨੂੰ ਨਿਭਾਉਂਦਾ ਹੋਇਆ ਕੀਰਤਨ ਕਰ ਸਕਦਾ ਹੈ ਦਰਬਾਰ ਸਾਹਿਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਦੇ ਕੀਰਤਨ ਦੇ ਜਥੇ ਕੀਰਤਨੀ ਜਥੇ ਨੂੰ ਕੀਰਤਨ ਕਰਨ ਤੋਂ ਕੋਈ ਵੀ ਮਨਾਹੀ ਨਹੀਂ ਹੈ ਅਤੇ ਨਾ ਹੀ ਕੋਈ ਪਾਬੰਦੀ ਲਾਈ ਗਈ ਹੈ ਅਤੇ ਅਕਸਰ ਹੀ ਆਪਾਂ ਦੇਖਦੇ ਆਂ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਬੀਬੀਆਂ ਆਮ ਹੀ ਕੀਰਤਨ ਕਰਦੀਆਂ ਆਪਾਂ ਨੂੰ ਨਜ਼ਰ ਆਉਂਦੀਆਂ ਨੇ ਹੁਣ ਗੱਲ ਇੱਥੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਇਹਨਾਂ ਨੂੰ ਕਿਸੇ ਸੰਸਥਾ ਵੱਲੋਂ ਮਨਾ ਕੀਤਾ ਗਿਆ ਹੈ ਨਹੀਂ ਨਾ ਤਾਂ ਕਦੇ ਐਸਜੀਪੀਸੀ ਨੇ ਅਤੇ ਨਾ ਹੀ ਕਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਚੀਜ਼ ਨੂੰ ਮਨਾਹੀ ਕੀਤੀ ਕਿ ਔਰ ਔਰਤਾਂ ਦਾ ਕੋਈ ਵੀ ਜਥਾ ਆ ਕੇ ਕੀਰਤਨ ਕਰ ਸਕੇ ਨਾ ਹੀ ਉਹਨਾਂ ਵੱਲੋਂ ਕੋਈ ਵੀ ਰੋਕ ਲਗਾਈ ਗਈ ਹੈ ਬਾਕੀ ਜੇ ਆਪਾਂ ਗੱਲ ਕਰੀਏ ਅੱਜ ਅਮ੍ਰਿਤਾ ਰਿੰਗ ਜੀ ਨੇ ਜਿਹੜਾ ਬਿਆਨ ਦਿੱਤਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਨੂੰ ਮੇਰੇ ਹਿਸਾਬ ਨਾਲ ਪਹਿਲਾਂ ਉਹਨਾਂ ਨੂੰ SGPC ਤੋਂ ਇਹ ਚੀਜ਼ ਨੂੰ ਕਨਫਰਮ ਕਰ ਲੈਣਾ ਚਾਹੀਦਾ ਸੀ ਕਿ ਵਾਕਈ ਹੀ ਔਰਤਾਂ ਨੂੰ ਮਨਾਈ ਕਿ ਦਿੱਤੀ ਗਈ ਹੈ ਕੋਈ ਰੋਕ ਲਗਾਈ ਗਈ ਹੈ ਪਹਿਲਾਂ ਉਹਨਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਇਸ ਚੀਜ਼ ਬਾਰੇ ਆਪਣੇ ਵਿਚਾਰਾਂ ਨੂੰ ਉਹਨਾਂ ਦੇ ਅੱਗੇ ਰੱਖ ਕੇ ਸਪਸ਼ਟ ਜਵਾਬ ਲੈਣਾ ਚਾਹੀਦਾ ਸੀ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦਾ ਬਿਆਨ ਦੇਣਾ ਤਾਂ ਜਾਇਜ਼ ਹੁੰਦਾ ਜੇ SGPC ਇਸ ਗੱਲ ਨੂੰ ਨਕਾਰਦੀ ਕੀ ਔਰਤਾਂ ਦਾ ਜਥਾ ਕੀ ਕੀਰਤਨ ਨਹੀਂ ਕਰ ਸਕਦਾ ਮੈਂ ਅਖੀਰ ਦੇ ਵਿੱਚ ਐਸਜੀਪੀਸੀ ਦੇ ਨੁਮਾਇੰਦਿਆਂ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰੂੰਗੀ ਕਿ ਉਹ ਅਮ੍ਰਿਤਾ ਵੜਿੰਗ ਜੀ ਦੇ ਇਸ ਬਿਆਨ ਤੇ ਚਰਚਾ ਕਰਨ ਅਤੇ ਉਹ ਆਮ ਦੇਸ਼ ਦੁਨੀਆ ਵਿੱਚ ਵੱਸਦੇ ਸਿੱਖਾਂ ਨੂੰ ਇਸ ਚੀਜ਼ ਦੇ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਇੱਕ ਕਹਿ ਲਓ ਕਿ ਭਰਮ ਬੈਠਾ ਜਾਂ ਕੁਝ ਵੀ ਆ ਉਸ ਨੂੰ ਕਲੀਅਰ ਕਰਨ ਅਤੇ ਔਰਤਾਂ ਦੇ ਕੀਰਤਨੀ ਜਥੇ ਦੇ कीर्तन ਕਰਨ ਬਾਰੇ ਸਾਰੇ ਆਪਣੇ ਵਿਚਾਰ ਸਪਸ਼ਟ ਕਰਨ ਵਾਹਿਗੁਰੂ ਤੁਹਾਡੀ ਇਸ ਬਾਰੇ ਕੀ رائے ਆ ਕਮੈਂਟ ਬਾਕਸ ਵਿੱਚ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ